ਲੁਧਿਆਣਾ ਦੇ ਹਲਕਾ ਦਾਖਾ ਦੇ ਪਿੰਡ ਇਸੂਬਾਲ 'ਚ ਇੱਕ ਕੁੜੀ ਨਾਲ ਹੋਏ ਸਮੂਹਿਕ ਬਲਾਤਕਾਰ ਮਾਮਲੇ 'ਚ ਵਿਰੋਧੀ ਕੈਪਟਨ ਸਰਕਾਰ ਤੇ ਥੂ-ਥੂ ਕਰ ਰਹੇ ਨੇ। ਕੀ ਸਿਮਰਨਜੀਤ ਬੈਂਸ ਤੇ ਕੀ ਵਿਕਰਮ ਮਜੀਠੀਆ, ਹਰ ਕੋਈ ਕੈਪਟਨ ਸਰਕਾਰ ਅਤੇ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਨੂੰ ਕੋਸ ਰਿਹਾ। ਇੱਕ ਪਾਸੇ ਜਿੱਥੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਹੀ ਸਿਮਰਨਜੀਤ ਬੈਂਸ ਨੇ ਨਵੇਂ ਬਣੇ ਡੀਜੀਪੀ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ। ਜਿਹੜੇ ਨਵੇਂ ਡੀਜੀਪੀ ਸਾਹਿਬ ਲਾਏ ਆ, ਜਿਹੜੇ ਰੂਸਾ ਆਲਮ ਮੈਡਮ ਨੂੰ ਜੱਫੀਆਂ ਪਾ ਕੇ ਬੈਠੇ ਆ, ਉਹ ਪੰਜਾਬ ਦਾ ਲਾਅ ਐਂਡ ਆਰਡਰ ਕਿਵੇਂ ਮੇਨਟੇਨ ਕਰਨਗੇ? ਉਹ ਤਾਂ ਪਾਰਟੀਆਂ ਦੇ ਵਿੱਚ ਰੁੱਝ ਗਏ। ਉਹ ਪਾਰਟੀਆਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਕਰਦੇ ਸੀ ਉਸੇ ਰਸਤੇ 'ਤੇ ਡੀਜੀਪੀ ਸਾਹਿਬ ਤੁਰ ਪਏ। ਅੱਜ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਹਜੇ ਤੱਕ ਪੁਲਿਸ ਨੇ FIR ਦਰਜ ਨਹੀਂ ਕੀਤਾ। ਸ਼ਰਮ ਆਉਣੀ ਚਾਹੀਦੀ ਹੈ ਪੁਲਿਸ ਨੂੰ, ਤਾਂ ਤੁਰੰਤ FIR ਦਰਜ ਕਰਕੇ ਸਾਰੇ ਦੇ ਸਾਰੇ ਦੋਸ਼ੀ ਫੜ ਕੇ ਅਰੈਸਟ ਕਰ ਲੈਣੇ ਚਾਹੀਦੇ ਸੀ। ਮੈਂ ਇਸ ਗੱਲ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਅਤੇ ਇਹ ਅਸੀਂ ਲਾਅ ਐਂਡ ਆਰਡਰ ਦੀ ਅੱਗੇ ਵੀ ਵਿਧਾਨ ਸਭਾ ਦੇ ਅੰਦਰ ਗੱਲ ਕਰਨ ਦੀ ਗੱਲ ਕੀਤੀ। ਇਹ ਕੁਛ ਦੇਰ ਪਹਿਲਾਂ ਵੀ ਇੱਕ ਮੁਕਤਸਰ ਤੋਂ ਵੀ ਗੱਲ ਆਈ ਸੀ ਕਿ ਲੜਕੀ ਦਾ, ਸਾਡੀ ਬੇਟੀ ਦਾ ਵਿਆਹ ਸੀ ਅਤੇ ਕਿਵੇਂ ਉਹਨੂੰ ਸਵੇਰੇ ਅਗਵਾ ਕਰਕੇ ਲੈ ਗਏ, ਉਹ CCTV ਫੁਟੇਜ ਸਾਹਮਣੇ ਆਈ ਸੀ। ਉਹ ਸਾਰੀ ਗੱਲ ਰਫਾ ਦਫਾ ਹੋ ਗਈ ਹੈ, ਦੱਬੀ ਗਈ ਹੈ, ਉਹਦਾ ਵੀ ਕੋਈ ਸੱਚਾਈ ਸਾਹਮਣੇ ਨਹੀਂ ਆਈ। ਹਾਲੇ ਉਹ ਕੁਛ ਦਿਨ ਨਹੀਂ ਬੀਤੇ ਅਤੇ ਅੱਜ ਇਹ ਹੋ ਗਿਆ। ਇਸ ਨੂੰ ਤਾਂ ਸਟਰੋਂਗੈਸਟ ਲਫ਼ਜ਼ਾਂ 'ਚ ਜਿੱਥੇ ਕੰਡੈਮ ਕਰਦੇ ਆ, ਔਰ ਇਮੀਡੀਏਟ ਐਕਸ਼ਨ ਹੋਏ, ਨਹੀਂ ਤਾਂ ਜੋ ਉਸ ਇਲਾਕੇ ਕੇ ਪੁਲਿਸ ਅਫਸਰ ਹੈ ਉਨਕੋ ਸਸਪੈਂਡ ਕਿਆ ਡਿਸਮਿਸ ਕਰਾ ਜਾਏ ਕਿ ਆਗੇ ਸੇ ਕੋਈ ਐਸੀ ਚੀਜ਼ੋਂ ਕੀ ਜੋ ਕਾਰਵਾਈ ਸਮੇਂ ਸੇ ਨਾ ਕਰੇ, ਐਕਸ਼ਨ ਸਮੇਂ ਸੇ ਨਾ ਲਵੇ। ਡਿਲੇ ਕਿਸ ਬਾਤ ਕਾ ਹੈ? ਪਹਿਲੀ ਬਾਤ ਤਾਂ ਐਸੀ ਚੀਜ਼ ਹੋਣੀ ਨਹੀਂ ਚਾਹੀਏ ਕਿਸੀ ਪੁਲਿਸ ਅਫਸਰ ਕੇ ਇਲਾਕੇ ਮੇਂ, ਮਗਰ ਅਗਰ ਡਿਲੇ ਹੋ ਰਹਾ ਹੈ ਤੋ ਦੈਨ ਪੁਲਿਸ ਅਫਸਰ ਕੋ ਵੀ ਸ਼ੱਕ ਕੇ ਨਿਗਾਹ ਸੇ ਦੇਖਤੇ ਹੋ, ਉਸ ਕੇ ਖਿਲਾਫ ਕਾਰਵਾਈ ਬਣਨੀ ਪੜੇਗੀ। ਉਧਰ DIG ਰਣਵੀਰ ਖੱਟੜਾ ਨੇ ਕਾਨੂੰਨੀ ਕਾਰਵਾਈ 'ਚ ਕੁਤਾਹੀ ਦੇ ਚੱਲਦਿਆਂ ਥਾਣਾ ਦਾਖਾ ਦੇ ASI ਵਿਦਿਆ ਰਤਨ ਨੂੰ ਸਸਪੈਂਡ ਕਰ ਦਿੱਤਾ ਹੈ। ਵਿਦਿਆ ਰਤਨ ਨੇ ਦੱਸਿਆ ਹੈ ਕਿ ਉਹ ਬਲਾਤਕਾਰ ਦੀ ਸੂਚਨਾ ਮਿਲਣ ਦੇ ਬਾਵਜੂਦ ਵੀ ਘਟਨਾ ਸਥਾਨ ਤੇ ਦੇਰੀ ਨਾਲ ਪਹੁੰਚੇ। ਇੰਨਾ ਹੀ ਨਹੀਂ, ਉਹਨਾਂ ਵਾਰਦਾਤ ਤੋਂ ਕਰੀਬ 12 ਘੰਟੇ ਬਾਅਦ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ। ਫਿਲਹਾਲ ਮਾਮਲੇ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਦੇਖਣਾ ਲਾਜ਼ਮੀ ਹੋਵੇਗਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।